ਨਾਭਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨਾਲ ਜੋ 3 ਸਾਲ ਪਹਿਲਾਂ ਹੀ ਨਾਭਾ ਸ਼ਹਿਰ ਤੋਂ ਵਿਦੇਸ਼ ਦੀ ਧਰਤੀ ਅਮਰੀਕਾ ਵਿਖੇ ਗਿਆ ਸੀ, ਯਾਦਵਿੰਦਰ ਸਿੰਘ ਉੱਥੇ ਟਰਾਲਾ ਚਲਾਉਂਦਾ ਅਤੇ ਉੱਤੇ ਬੀਤੀ ਰਾਤ ਟਰਾਲੇ ਦਾ ਟਾਇਰ ਫਟਣ ਕਾਰਨ ਉਸ ਦਾ ਟਰਾਲਾ ਗਹਿਰੀ ਖਾਈ ਵਿੱਚ ਗਿਰ ਗਿਆ, ਜਿੱਥੇ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਦੇ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਵੀਜ਼ਾ ਛੇਤੀ ਲਗਾਇਆ ਜਾਵੇ ਤਾਂ ਉਹ ਆਪਣੇ ਲਾਡਲੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕਣ। ਪਤਾ ਲੱਗਿਆ ਵੀ ਗੱਡੀ ਦਾ ਅਗਲਾ ਟਾਇਰ ਫਟ ਗਿਆ, ਫਟ ਕੇ ਕਹਿੰਦੇ ਖੱਡ ਵਿੱਚ ਡਿੱਗੀ ਹੈ ਗੱਡੀ। ਸਾਨੂੰ ਹਾਲ ਤੱਕ ਤਾਂ ਇੰਨਾ ਕੀ ਪਤਾ ਲੱਗਿਆ, ਬਾਕੀ ਹੁਣ ਉਹਦੇ ਸਹੁਰਾ ਸਾਹਿਬ ਉੱਥੇ ਨੇ, ਉਹ ਕਹਿੰਦੇ ਵੀ ਅਸੀਂ ਸੰਸਕਾਰ ਇੱਧਰ ਹੀ ਕਰਾਂਗੇ ਅਤੇ ਹੁਣ ਇੱਥੋਂ ਉਹਦੀ ਮੰਮੀ ਅਤੇ ਉਹਦਾ ਬ੍ਰਦਰ ਜਾਣਗੇ। ਹਾਂਜੀ, ਅਤੇ ਅਪੀਲ ਇਹ 3 ਸਾਲ ਤੋਂ ਗਏ ਨੇ ਜੀ, ਉੱਥੇ 3 ਸਾਲ ਤੋਂ ਗਏ ਬੇਟਾ, ਬਹੁਤ ਜ਼ਿਆਦਾ ਸਟਰਗਲ ਕੀਤੀ ਹੈ ਇਹਨੇ ਅਤੇ 3 ਸਾਲ ਹੋਏ ਆ ਇਹ ਬਾਹਰ। ਵਿਦੇਸ਼ ਮੰਤਰਾਲੇ ਤੋਂ ਕੋਈ ਮੰਗ ਨਹੀਂ ਸੀ ਹੈਗੀ ਉਹਨਾਂ ਦਾ, ਆਪਣੇ ਬੇਟੇ ਦਾ ਸਹੁਰਾ ਸਾਹਿਬ ਉੱਥੇ ਹੀ ਨੇ, ਉਹ ਕਹਿੰਦੇ ਵੀ ਸੰਸਕਾਰ ਅਸੀਂ ਇੱਥੇ ਹੀ ਕਰਾਂਗੇ। ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਵੀਜ਼ਾ ਦਿੱਤਾ ਜਾਵੇ, ਉਹਦੀ ਮੰਮੀ ਅਤੇ ਉਹਦੇ ਬ੍ਰਦਰ ਨੂੰ। ਬਸ ਇਹੀ। ਨਾਭਾ ਤੋਂ ਬ੍ਰਿਜ ਖੁਰਾਨਾ ਦੀ ਰਿਪੋਰਟ, ਚੈਨਲ 2।